ਮੈਂ ਹਾਂ ਹਰਜੋਤ ਕੌਰ ਤੁਸੀਂ ਵੇਖ ਰਹੇ ਹੋ ਲਾਈਵ ਇਮੀਗ੍ਰੇਸ਼ਨ ਸ਼ੋਅ ਕਿੰਜ ਜਾਵਾਂ ਪਰਦੇਸ ਸੋ ਤੁਹਾਡੇ ਸਾਰੇ ਸਵਾਲਾਂ ਨੂੰ ਲੈ ਕੇ ਅਸੀਂ ਹਾਜ਼ਰ ਹਾਂ ਲਾਈਵ ਸ਼ੋਅ ਦੇ ਵਿੱਚ ਲਗਾਤਾਰ ਨੰਬਰ ਡਿਸਪਲੇ ਹੋ ਰਿਹਾ ਤੁਸੀਂ ਸ਼ੋਅ ਦਾ ਹਿੱਸਾ ਬਣ ਸਕਦੇ ਹੋ ਤਾਂ ਕਿ ਤੁਸੀਂ ਆਪਣੇ ਸਵਾਲਾਂ ਦੇ ਜਵਾਬ ਲੈ ਸਕੋ ਤੇ ਅੱਜ ਅਸੀਂ ਇਸ ਲਾਈਵ ਸ਼ੋਅ ਵਿੱਚ ਡਿਸਕਸ਼ਨ ਦੇ ਲਈ ਇਨਵਾਈਟ ਕੀਤਾ ਹੈ ਜੀ ਨੈਵੀਗੇਟਰ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਸ ਬੀਨਾ ਗੋਇਲ ਮੈਮ ਨੂੰ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਮੈਮ ਅਗਰ ਆਪਾਂ ਮੌਜੂਦਾ ਸਥਿਤੀ ਦੀ ਗੱਲ ਕਰੀਏ ਜਿਸ ਤਰੀਕੇ ਨਾਲ ਬੱਚੇ ਅਪਲਾਈ ਕਰ ਰਹੇ ਨੇ ਉਸ ਹਿਸਾਬ ਨਾਲ ਥੋੜੇ ਨਿਰਾਸ਼ ਵੀ ਦਿਖਦੇ ਨੇ ਕਿਉਂਕਿ ਪ੍ਰੋਸੈਸਿੰਗ ਟਾਈਮ ਬਹੁਤ ਜ਼ਿਆਦਾ ਵੱਧ ਗਿਆ ਹੈ ਕੁਝ ਅਗਰ ਕੈਨੇਡਾ ਦੀ ਗੱਲ ਕਰੀਏ ਰਿਫਿਊਜ਼ਲਸ ਵੀ ਆ ਰਹੇ ਨੇ ਕਿਸ ਹਿਸਾਬ ਨਾਲ ਰਿਫਿਊਜ਼ਲਸ ਨੂੰ ਆਪਾਂ ਦੇਖ ਸਕਦੇ ਹਾਂ ਹਰਜੋ ਦੇਖੋ ਇਹ ਕੋਈ ਗਾਰੰਟੀ ਨਹੀਂ ਹੁੰਦੀ ਕਦੇ ਵੀ ਵੀਜ਼ੇ ਦੀ ਬਾਕੀ ਇੱਕ ਟ੍ਰੈਂਡ ਚੱਲਦਾ ਹੈ ਕਿਸੇ ਟਾਈਮ ਵੀਜ਼ਾ ਬਹੁਤ ਜ਼ਿਆਦਾ ਨਿਕਲਦੇ ਹੁਣ ਪਿਛਲੇ ਇੰਟੇਕ 'ਚ ਇੱਕ 'ਚ 5.5 ਬੈਂਡ ਜਦਕਿ ਕਾਫੀ ਟਾਈਮ ਤੋਂ ਇੱਕ 'ਚ 5.5 ਜਾਂ 2 'ਚ 5.5 ਬੈਂਡ ਵਾਲਿਆਂ ਨੂੰ ਵੀਜ਼ੇ ਨਹੀਂ ਦੇ ਰਹੇ ਸੀ ਜੀ ਪਿੱਛੇ ਇਹਨਾਂ ਨੇ ਉਹ ਵੀ ਦਿੱਤੇ ਆ ਹੁਣ ਥੋੜਾ ਡਿਲੇ ਵੀ ਹੋ ਰਿਹਾ ਕਿਉਂਕਿ ਇਹਨਾਂ ਦਾ ਇੱਕ ਤੇ ਬੈਕਲੌਗ ਬਹੁਤ ਜ਼ਿਆਦਾ ਹੈ ਬਾਕੀ ਚਾਂਸ ਦੀ ਗੱਲ ਹੈ ਕਿਸੇ ਵੀਜ਼ਾ ਆਫੀਸਰ ਕੋਲ ਜਦ ਫਾਈਲ ਉਹਦੇ ਕੋਲ ਜਦ ਵਰਕਲੋਡ ਘੱਟ ਹੈ ਸਾਡੇ ਵੀਜ਼ੇ 15-15 ਦਿਨ 'ਚ ਵੀ ਆਏ ਆ ਅੱਜ ਇੱਕ ਸੁਪਰ ਵੀਜ਼ਾ ਆਇਆ ਜਿਹੜਾ ਟੋਟਲੀ 10 ਡੇਜ਼ 'ਚ ਆਇਆ ਤੇ ਇਹ ਡਿਪੈਂਡ ਕਰਦਾ ਇਹ ਅਸੀਂ ਵੀ ਕੋਈ ਗਾਰੰਟੀ ਨਹੀਂ ਦੇ ਸਕਦੇ ਕਿ ਤੁਸੀਂ ਇਹਨਾਂ ਅਸੀਂ ਸਾਡੇ ਕੋਲ ਲਗਾਓਗੇ ਤਾਂ ਬਹੁਤ ਜਲਦੀ ਬਾਕੀ ਇਹ ਹੈ ਕਿ ਐਕਸਪੀਰੀਅੰਸ ਸਟਾਫ ਹੈ ਫਾਈਲ ਠੀਕ ਬਣੀ ਹੋਈ ਹੈ ਕਿ ਹਰ ਚੀਜ਼ ਉਹਨਾਂ ਨੂੰ ਪ੍ਰੋਪਰ ਮਿਲ ਰਹੀ ਹੈ ਤੇ ਹੋ ਸਕਦਾ ਡਿਸੀਜਨ ਜਲਦੀ ਆ ਜਾਂਦੇ ਕਿਉਂਕਿ ਅੱਜ ਮੈਨੂੰ ਕੰਮ ਕਰਦੇ 25-26 ਸਾਲ ਹੋ ਗਏ ਆ ਬਿਲਕੁਲ ਉਹਦੇ ਵਿੱਚ ਇਹ ਕਿ ਇੱਕ ਇੱਕ ਚੀਜ਼ ਇਕੱਲੀ ਇਕੱਲੀ ਚੀਜ਼ ਸਾਨੂੰ ਪਤਾ ਹੈ ਕਿ ਕਿਸ ਹਿਸਾਬ ਨਾਲ ਜਿਹੜਾ ਟੈਕਨੀਕਲੀ ਚੀਜ਼ਾਂ ਦੇਣੀਆਂ ਜਿਹਦੇ ਹਿਸਾਬ ਨਾਲ ਤੁਹਾਡੀ ਫਾਈਲ ਜਲਦੀ ਪਿਕ ਹੋ ਸਕਦੀ ਜੀ 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 ਬਿਲਕੁਲ ਸਹੀ ਕਿਹਾ ਤੁਸੀਂ ਤੇ ਜਿਵੇਂ ਕਿ ਮੈਮ ਨੇ ਵੀ ਹੁਣੇ ਜ਼ਿਕਰ ਕੀਤਾ ਕਿ 25-26 ਸਾਲਾਂ ਤੋਂ ਜੋ ਇਹ ਸਟੂਡੈਂਟਸ ਨੂੰ ਵਧੀਆ ਗਾਈਡੈਂਸ ਦਿੰਦੇ ਆ ਰਹੇ ਨੇ ਹੁਣ ਤੱਕ ਬਹੁਤ ਸਾਰੇ ਸਟੂਡੈਂਟਸ ਨੇ ਜੋ ਹੈ ਇਹਨਾਂ ਤੋਂ ਸਲਾਹ ਲਈ ਗਾਈਡੈਂਸ ਲਈ ਹੈ ਔਰ ਅੱਜ ਉਹਨਾਂ ਦੇ ਫਿਊਚਰ ਬਹੁਤ ਵਧੀਆ ਸਿਕਿਉਰ ਹੈ ਬਹੁਤ ਆਪਣਾ ਫਿਊਚਰ ਬ੍ਰਾਈਟ ਕਰ ਚੁੱਕੇ ਨੇ ਸੋ ਤੁਸੀਂ ਵੀ ਕੋਈ ਦਿੱਕਤ ਹੈ ਕੋਈ ਪਰੇਸ਼ਾਨੀ ਹੈ ਤੁਸੀਂ ਸਮਝ ਨਹੀਂ ਪਾ ਰਹੇ ਹੋ ਪ੍ਰੋਫਾਈਲ ਨੂੰ ਲੈ ਕੇ ਕਿ ਅਸੀਂ ਕਿੱਥੇ ਅਪਲਾਈ ਕਰੀਏ ਕਿਵੇਂ ਅਪਲਾਈ ਕਰੀਏ ਤਾਂ ਜ਼ਰੂਰ ਮੈਮ ਤੋਂ ਤੁਸੀਂ ਸਲਾਹ ਲੈ ਸਕਦੇ ਹੋ ਲਗਾਤਾਰ ਨੰਬਰ ਵੀ ਡਿਸਪਲੇ ਹੋ ਰਿਹਾ ਸਕਰੀਨ ਦੇ ਉੱਪਰ ਸੋ ਕਾਲਸ ਦਾ ਸਿਲਸਿਲਾ ਵੀ ਸ਼ੁਰੂ ਹੋ ਚੁੱਕਿਆ ਪਹਿਲੀ ਕਾਲ ਆਪਾਂ ਰਿਸੀਵ ਕਰ ਲੈਂਦੇ ਹਾਂ ਹੈਲੋ 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 ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ ਨਮਸਕਾਰ ਜੀ ਜੀ ਨਮਸਕਾਰ ਜੀ ਕਰ ਰਹੇ ਹੋ ਦੀਪਿਕਾ ਹਾਂਜੀ ਕੀ ਸਵਾਲ ਹੈ ਜੀ 2021 ਮੇ ਪਲਸ ਟੂ ਕੀ ਹੈ 75 ਮਾਰਕਸ ਮੇ ਠੀਕ ਹੈ ਤੋ ਮੈਂ ਕੈਨੇਡਾ ਕੇ ਲਈ ਸਟੱਡੀ ਕੇ ਲਈ ਪੁੱਛਣਾ ਚਾਹਤੀ ਹੂੰ ਤੋ ਮੈਨੇ ਆਈਲੈਟਸ ਵੀ ਕੀਆ ਤੇ ਕੀ ਮੇਰੇ 6 ਸਟੈਂਡਰਡ ਹੈ ਓਕੇ ਮੈਂ ਆਪਣੀ ਆਪਣੇ ਹਿਸਾਬ ਤੇ ਅਗਰ ਮੈਂ ਕੋਰਸ ਚੂਜ਼ ਕਰਨਾ ਚਾਹੂੰ ਕੈਨੇਡਾ ਦੇ ਤੋਂ ਮੈਨੂੰ ਹੋ ਸਕਦਾ ਹੈ ਮੇਰਾ ਓਕੇ ਜੀ 2020 ਚ ਇਹਨਾਂ ਨੇ ਪਲੱਸ ਟੂ ਕੀਤੀ ਹੈ 75% ਹੈ ਐਂਡ 6 ਬੈਂਡ ਈਚ ਹੈ ਜੀ ਰਾਈਟ ਪਲੱਸ ਟੂ ਕਾਹਦੇ ਵਿੱਚ ਕੀਤੀ ਹੋਈ ਹੈ ਇਹਨਾਂ ਨੇ ਪਲੱਸ ਟੂ ਆਰਟਸ ਚ ਹੈ ਜਾਂ ਬਿਜ਼ਨਸ ਚ ਹੈ ਕੁਛ ਇੱਦਾਂ ਪਲੱਸ ਟੂ ਕਿਹੜੀ ਸਟ੍ਰੀਮ ਚ ਕੀਤੀ ਹੈ ਜੀ ਮੇਰੀ ਆਰਟਸ ਹੈ ਆਰਟਸ ਵਿੱਚ ਹੈ ਜੀ ਅੱਛਾ ਆਰਟਸ ਚ ਪਲੱਸ ਟੂ ਹੈ ਤੇ ਸਭ ਤੋਂ ਜ਼ਿਆਦਾ ਪ੍ਰੋਬਲਮ ਕੀ ਆਉਂਦੀ ਕਿ ਮੈਥ ਦੇ ਬਿਨਾਂ ਥੋੜ੍ਹਾ ਜਿਹਾ ਆਪਣੇ ਕੋਲ ਚੋਇਸ ਘੱਟ ਹੁੰਦੀ ਹੈ ਬਟ ਇਹ ਕੁਛ ਕੋਰਸਿਸ ਹੈ ਜਿੱਦਾਂ ਇਵੈਂਟ ਮੈਨੇਜਮੈਂਟ ਹੈ ਟੂਰਿਜ਼ਮ ਹੈ ਉਹਦੇ ਵਿੱਚ ਵਿਦਆਊਟ ਮੈਥ ਇਹ ਕਰ ਸਕਦੇ ਆ ਅਪਲਾਈ ਕਿਉਂਕਿ ਇਹਨਾਂ ਦਾ ਆਰਟਸ ਦੇ ਵਿੱਚ ਕੋਈ ਇੰਨੀ ਜ਼ਿਆਦਾ ਨਹੀਂ ਹੁੰਦੀ ਬ੍ਰਾਂਚਿਸ ਤੇ ਇਦਾਂ ਦਾ ਕੋਈ ਕੋਰਸ ਇਹ ਲੈ ਸਕਦੇ ਆ ਜੀ ਐਂਡ ਇਹ ਅਪਲਾਈ ਕਰ ਸਕਦੇ ਹਜੇ ਜਨਵਰੀ 2022 ਦੀ ਜਿਹੜੀ 2023 ਦੀ ਸੀਟਸ ਅਵੇਲੇਬਲ ਹੈ ਉਹਦੇ ਵਿੱਚ ਇਹ ਅਪਲਾਈ ਕਰ ਸਕਦੇ ਜੀ 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 ਬਿਲਕੁਲ ਤੇ ਮੈਮ ਜਿਵੇਂ ਆਪਾਂ ਗੱਲ ਕਰੀਏ SDS ਤੇ ਨਾਨ SDS ਨੂੰ ਲੈ ਕੇ ਚਲੋ ਕਨਫਿਊਜ਼ਨ ਤਾਂ ਹੈ ਹੀ ਆ ਪਰ ਆਪਾਂ ਅਗਰ ਵੀਜ਼ਾ ਸਕਸੈਸ ਰੇਟ ਦੀ ਗੱਲ ਕਰੀਏ ਕੀ ਇਹ ਫਰਕ ਪੈ ਰਿਹਾ ਹੈ ਕਿ ਸਟੂਡੈਂਟ SDS ਵਾਲਾ ਹੈ ਜਾਂ ਨਾਨ SDS ਵਾਲਾ ਹੈ ਰਿਜ਼ਲਟਸ ਵਿੱਚ ਕਿੰਨਾ ਫਰਕ ਹੈ ਇਹਦੇ ਨਾਲ ਦੇਖੋ ਨੋ ਡਾਊਟ ਜੋਤ ਕਿ ਜਿਹੜਾ ਵੀਜ਼ਾ ਪ੍ਰੋਸੈਸ ਹੈ SDS ਇੱਕ ਸਿੰਪਲੀਫਾਈਡ ਪ੍ਰੋਸੈਸ ਹੈ ਜਿਹਨੂੰ ਬੜਾ ਸਿੰਪਲ ਜਿਹਾ ਕੀਤਾ ਹੋਇਆ ਹੈ ਕਿ ਕੋਈ ਪ੍ਰੋਪਰਟੀ ਨਹੀਂ ਸ਼ੋਅ ਕਰਨੀ ਕੋਈ ਇਨਕਮ ਨਹੀਂ ਸ਼ੋਅ ਕਰਨੀ ਕਿ ਤੁਹਾਡਾ ਇਹ 1 ਈਅਰ ਦੀ ਫੀਸ ਪੇ ਕੀਤੀ ਹੋਈ ਹੈ 6 ਬੈਂਡ ਈਚ ਹੈ ਜਾਂ ਕਾਲਜ ਨੇ ਤੁਹਾਨੂੰ ਐਕਸੈਪਟ ਕੀਤਾ ਹੋਇਆ ਤੇ ਤੁਹਾਡਾ ਡਾਇਰੈਕਟ ਸਕੀਮ ਸਟੂਡੈਂਟ ਡਾਇਰੈਕਟ ਸਕੀਮ 'ਚ ਲੱਗੇਗਾ ਉਹਦੇ ਵਿੱਚ ਕੋਈ ਬੜੀ ਜਾਂਚ ਪੜਤਾਲ ਨਹੀਂ ਹੈ ਰੀਜ਼ਨ ਬੀਂਗ ਕਿ ਨਾ ਤੁਸੀਂ ਕੋਈ ਫਾਈਨੈਂਸ਼ੀਅਲ ਡਾਕੂਮੈਂਟਸ ਦੇ ਰਹੇ ਨਾ ਕੁਛ ਤੁਸੀਂ ਇਨਕਮ ਟੈਕਸ ਰਿਟਰਨਾਂ ਵਗੈਰਾ ਜਿਹਨਾਂ ਤੇ ਖਾਲੀ ਇੱਕ ਤੁਸੀਂ ਕੁਆਲੀਫਿਕੇਸ਼ਨ ਸਰਟੀਫਿਕੇਟ ਲਾਸਟ ਕੁਆਲੀਫਿਕੇਸ਼ਨ ਲਗਾ ਰਹੇ ਹੋ ਔਰ GIC ਸਰਟੀਫਿਕੇਟ ਲਗਾ ਰਹੇ ਹੋ ਦੈਟਸ ਆਲ ਤੇ ਨੈਚੁਰਲ ਇਹਨੂੰ ਪ੍ਰੈਫਰੈਂਸ ਤੇ ਮਿਲਦੀ ਮਿਲਦੀ ਹੈ ਬਿਲਕੁਲ ਬਾਕੀ ਇਹ ਕਿ ਜਿਹੜਾ ਪਿੱਛੇ ਨੋਟ ਕੀਤਾ ਗਿਆ ਨਾ PT 'ਚ ਵੀਜ਼ਾ ਅੱਛਾ ਆ ਰਿਹਾ ਓਕੇ ਹੈਨਾ ਤੇ PT ਹੀ ਵੀ ਸਟੂਡੈਂਟ ਜਿਹੜੇ ਬੱਚਿਆਂ ਨੇ ਕੀਤੀ ਹੋਈ ਹੈ ਜੇ ਤਾਂ ਮੰਨ ਲਓ ਕਿਸੇ ਕੰਟਰੀ ਵਾਸਤੇ ਕੀਤੀ ਹੋਈ ਹੈ ਬਾਈ ਚਾਂਸ ਨਹੀਂ ਹੋ ਸਕਿਆ ਜਾਂ ਤੇ ਉਹ PT ਵਾਲੇ ਬੱਚੇ ਵੀ ਆ ਸਕਦੇ ਆ ਪਰ ਜੇ ਤੁਸੀਂ ਯਕੀਨ ਨਹੀਂ ਕਰੋਗੇ ਮੇਰੇ ਕੋਲ 4-4, 5-5 ਰਿਜੈਕਸ਼ਨ ਵਾਲੇ ਸਟੂਡੈਂਟਸ ਆਏ ਕੈਨੇਡਾ ਵਾਸਤੇ ਜੀ ਔਰ ਆਲਮੋਸਟ ਸਾਰੇ ਵੀਜ਼ੇ ਲੈ ਕੇ ਗਏ ਆ ਓਕੇ ਅੱਛਾ ਅਸੀਂ ਕੋਈ ਚਾਰਜ ਨਹੀਂ ਕਰਦੇ ਵੀਜ਼ੇ ਤੋਂ ਪਹਿਲੇ ਕੁਝ ਵੀ ਨਹੀਂ ਅਸੀਂ ਚਾਰਜ ਕਰਨਾ ਤੇ ਸਟੂਡੈਂਟ ਸਾਡੇ ਕੋਲ ਆ ਸਕਦਾ ਉਹਨੂੰ ਇਹ ਕੋਈ ਪ੍ਰੋਬਲਮ ਨਹੀਂ ਹੈ ਕਿ ਕੋਈ ਸਾਡਾ ਪੈਸਾ ਨੁਕਸਾਨ ਹੋਏਗਾ ਜਾਂ ਕੁਝ ਹੋਏਗਾ ਕਿਉਂਕਿ ਸਭ ਤੋਂ ਵੱਡੀ ਗੱਲ ਸਟੂਡੈਂਟ ਨੂੰ ਇਹ ਡਰ ਲੱਗਦਾ ਅੱਜ ਵੀ ਮੇਰੇ ਕੋਲ ਇੱਕ ਇਨਕੁਆਇਰੀ ਸੀਗੀ ਕਿ ਉਹਦਾ ਪ੍ਰੋਫਾਈਲ ਵੀਕ ਸੀਗਾ UK ਜਾਣਾ ਹੈ ਮੇਰੇ ਖਿਆਲ PT ਦੇ ਵਿੱਚ 51 ਓਵਰਆਲ ਇੱਕ 46 50% ਪਲੱਸ 2 ਇਹ ਪ੍ਰੋਫਾਈਲ ਸੀਗਾ ਜੀ ਕਹਿੰਦੇ ਮੈਂ 50,000 2 ਜਗ੍ਹਾ ਦੇ ਚੁੱਕਿਆ ਠੀਕ ਹੈ ਤੇ ਬੱਚੇ ਇੰਨਾ ਡਰਦੇ ਆ
ਰੀਜ਼ਨ ਬੀਂਗ ਕਿ ਪੈਸੇ ਦਾ ਨੁਕਸਾਨ ਹੁੰਦਾ ਸਾਡੀ ਕੰਪਨੀਆਂ 'ਚ ਇੰਨਾ ਟਾਈਮ ਹੋ ਗਿਆ ਜਦ ਤੱਕ ਪ੍ਰੋਫਾਈਲ ਅਸੀਂ ਅਸੈਸ ਨਹੀਂ ਕਰਦੇ ਅਤੇ ਜਦ ਤੱਕ ਅਸੀਂ ਕੇਸ ਨਹੀਂ ਲੈਂਦੇ ਪ੍ਰੋਫਾਈਲ ਅਸੈਸ ਕਰਾਂਗੇ ਜਾਂ ਬੱਚਾ ਇਲੀਜੀਬਲ ਹੋਏਗਾ ਫਿਰ ਹੀ ਅਸੀਂ ਕੇਸ ਲਵਾਂਗੇ ਇਹ ਨਹੀਂ ਕਿ ਹਰ ਬੱਚੇ ਨੂੰ ਪਕੜ ਲਓ ਜ਼ਬਰਦਸਤੀ ਪਕੜ ਲਓ ਹੋ ਰਿਹਾ ਜਾਂ ਨਹੀਂ ਹੋ ਰਿਹਾ ਜੀ ਉਹਨਾਂ ਦੀ ਇਲੀਜੀਬਿਲਟੀ ਕਿਉਂਕਿ ਫਾਊਂਡੇਸ਼ਨ ਕੋਰਸ ਦੇ ਥਰੂ ਹੋਏਗੀ ਤਾਂ ਫਾਊਂਡੇਸ਼ਨ ਕੋਰਸ ਦੇ ਥਰੂ ਜਾਣਗੇ ਹੁਣ ਇਸ ਕੇਸ 'ਚ ਕੀ ਸੀਗਾ ਕਿ ਬੱਚੇ ਦੀ ਜੋ ਆਇਲਸ ਘੱਟ ਹੈ ਨਹੀਂ ਹੋ ਰਿਹਾ ਤੇ ਯੂਕੇ ਵੀ ਆਈ ਪੀ ਟੀ ਦੇ ਲੈਣ ਕਿਉਂਕਿ ਜਿਹੜੀ ਯੂਕੇ ਵੀ ਆਈ ਪੀ ਟੀ ਹੈ ਉਹ ਤੁਹਾਡੇ 5.5 ਜਿਹੜਾ ਆਇਲਸ ਦਾ ਸਕੋਰ ਹੈ ਉਹਦੇ ਇਕੁਇਵਲੈਂਟ 43 ਈਚ ਓਕੇ ਪੀ ਟੀ 43 ਈਚ ਵਿੱਚ ਵੀ ਐਕਸੈਪਟ ਹੋ ਜਾਂਦਾ ਓਕੇ ਤੁਸੀਂ ਇਹ ਸੋਚੋ ਕਿ ਇੰਨੇ ਘੱਟ ਬੈਂਡ ਔਰ ਜਾਂ ਜਨਰਲ ਪੀ ਟੀ ਦਿੱਤਾ ਹੈ हताश हो चुके होने हो सो बिल्कुल ना उम्मीद होने की जरूरत नहीं है मैम ने हुने गल की चार चार वारी रिजेक्शन वाले दी भी वीजा इन्होंने लगवा के दिती है सो बहुत तजुर्बे का यही फायदा होंगे 25-26 साल जो मैम का तजुर्बा है सो लगातार नंबर डिस्प्ले हो रहा है लाइव शो का तुसी हिस्सा बन सकते हो कॉलर साडे नाल अगले जुड़ गए ने कॉल कट चुके फिलहाल मैम ऑस्ट्रेलिया की गल अगर मैं करना चाहांगी कि आप देख रहे हैं कि बहुत ज्यादा प्रोसैसिंग टाइम जा रहा है डिलेज जा रहे ने पहला कॉल रिसीव कर लीए हैलो हैलो सत श्री अकाल जी की नाम है केड़ी जगह तो बोल रहे हो रमन रमन है जी मेरा नाम पटियाले तो गल कर रहा हूं हां जी की सवाल है रमन जी मैं हुणे प्लस 2 कीती है जी ओके मेरे ना मैम 83% नंबर ने मैं पूछना भी दाता इन यूके दा हो सकदा है कि हो सकदा है देख के ਉਹ ਕਿਹੜੇ ਬੋਰਡ ਤੋਂ ਕੀਤੀ ਹੈ ਪਲੱਸ 2 ਤੁਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਕੀਤੀ ਹੈ ਓਕੇ ਹਾਂਜੀ ਤੇ ਵਿਦਆਊਟ ਆਇਲਸ ਨਹੀਂ ਹੋ ਸਕਦਾ ਕਿਉਂਕਿ ਜੇ ਸੀਬੀਐਸਈ ਤੋਂ ਕੀਤੀ ਹੁੰਦੀ ਔਰ ਤੁਹਾਡੇ ਇੰਗਲਿਸ਼ 'ਚ 70% ਹੋਣੇ ਸੀਗੇ ਫਿਰ ਵਿਦਆਊਟ ਆਇਲਸ ਹੋਣਾ ਸੀਗਾ ਔਰ ਜੇ ਤੁਸੀਂ ਜਨਰਲ ਉਹਦੇ ਵਿੱਚ ਸਟੇਟ ਬੋਰਡ ਤੋਂ ਕੀਤੀ ਹੈ ਫਿਰ ਨਹੀਂ ਤੁਹਾਡਾ ਵਿਦਆਊਟ ਆਇਲਸ ਹੋਏਗਾ ਯੂਕੇ ਵੀ ਆਈ ਆਇਲਸ ਕਰ ਲਓ 4.5 ਬੈਂਡ ਤੋਂ ਵੀ ਅਸੀਂ ਐਕਸੈਪਟ ਕਰ ਲਾਂਗੇ ਜੀ ਕਿਉਂਕਿ ਉਹ ਬਹੁਤ ਘੱਟ ਹੁੰਦਾ ਹੈ ਜਾਂ ਪੀਟੀ 43 ਈਚ ਵਿੱਚ ਵੀ ਅਸੀਂ ਐਕਸੈਪਟ ਕਰ ਲਾਂਗੇ ਜੀ 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 ਮੈਮ ਜਿਵੇਂ ਇਹਨਾਂ ਦੀ ਕਾਲ ਸੀ ਹੋਰ ਵੀ ਬਹੁਤ ਸਾਰੇ ਸਟੂਡੈਂਟਸ ਦਾ ਸਵਾਲ ਹੁੰਦਾ ਕਿ ਵਿਦਆਊਟ ਆਇਲਸ ਆਪਸ਼ਨ ਤੇ ਮੈਂ ਅਗਰ ਆਪੋ ਉਹ ਜੀ ਆਪਸ਼ਨ ਦੇ ਵੀ ਚਲੋ ਗੱਲ ਕਰੀਏ ਕਿ ਕੋਈ ਇਹ ਜੀ ਵਧੀਆ ਆਪਸ਼ਨ ਹੈ ਕਿ ਸਟੂਡੈਂਟ ਵਿਦਆਊਟ ਆਇਲਸ ਆਪਣਾ ਜੋ ਮੈਂ ਕਾਫੀ ਸਟੂਡੈਂਟਸ ਨੂੰ ਪਿਛਲੇ 3-4 ਦਿਨ ਚ ਮੈਂ ਮਤਲਬ ਬਿਜ਼ੀ ਤੇ ਹਮੇਸ਼ਾ ਹੀ ਰਹਿੰਦੇ ਕਿਉਂਕਿ ਇੰਨਾ ਟਾਈਮ ਹੋ ਗਿਆ ਕੰਮ ਕਰਦੇ ਜੀ ਤੁਸੀਂ ਹੈਰਾਨ ਹੋ ਗਏ ਹਰਜੋ ਕਿ ਇੱਕ ਟਾਈਮ ਮਤਲਬ ਆਸਟ੍ਰੇਲੀਆ ਤੋਂ ਕਾਲ ਆ ਰਹੇ ਹੁੰਦਾ ਦੂਜੇ ਟਾਈਮ ਯੂਐਸ ਔਰ ਕੈਨੇਡਾ ਤੋਂ ਆ ਰਹੇ ਹੁੰਦਾ ਮੇਰੇ ਵਾਸਤੇ ਬਹੁਤ ਮੁਸ਼ਕਲ ਹੁੰਦਾ ਹੈਂਡਲ ਕਰਨਾ ਅੱਜਕੱਲ ਜੀ ਬਟ ਪਿਛਲੇ ਕੁਝ ਦਿਨਾਂ ਚ ਇੰਨਾ ਵੀਜ਼ਾ ਮੈਂ ਇਹ ਦਿੱਤਾ ਵਿਦਆਊਟ ਆਇਲਸ ਵਾਲਿਆਂ ਨੂੰ ਇਹਨਾਂ ਤੇ ਵੇ ਆਊਟ ਕੱਢਨੇ ਪੈਂਦੇ ਆ ਓਕੇ ਮਤਲਬ ਇੱਕ ਸਟੂਡੈਂਟ ਮੈਂ ਸਰੈਂਡਰ ਕਰ ਦਿੰਦਾ ਕਿ ਮੈਂ ਕਰ ਨਹੀਂ ਸਕਦਾ ਸਪੀਕਿੰਗ ਮੈਂ ਕਰ ਸਕਦਾ ਪਰ ਮੈਨੂੰ ਲਿਖਣ ਚ ਥੋੜੀ ਦਿੱਕਤ ਹੈ ਦਿੱਕਤ ਹੈ ਜਾਂ ਕੁਝ ਵੀ ਹੈ ਉਹਨਾਂ ਦੇ ਵੇ ਆਊਟ ਕੱਢਨੇ ਪੈਂਦੇ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਇੱਕ ਹੁਣੇ ਅਸੀਂ ਲਾਸਟ ਇਨਟੇਕ ਦੇ ਜਿਹੜੇ ਆ ਜਰਮਨੀ ਦੇ ਵੀਜ਼ੇ ਸੀਗੇ ਜਰਮਨੀ ਦੀ ਅਪਾਇੰਟਮੈਂਟ ਨਹੀਂ ਮਿਲ ਰਹੀਆਂ ਪਲੱਸ 2 ਵਾਲੇ ਸਟੂਡੈਂਟਸ ਨੂੰ ਜੀ ਤੇ ਅਸੀਂ ਉਹਦਾ ਵੇ ਆਊਟ ਕੱਢਿਆ ਕਿ ਗ੍ਰੀਸ 'ਚ ਬੱਚਾ 8 ਮੰਥ ਸਟੱਡੀ ਕਰੇਗਾ ਸਮਝੋ ਮਾਸਟਰਸ ਦਾ 6 ਮੰਥ ਉਹ ਜਰਮਨੀ 'ਚ ਕਰੇਗਾ ਓਕੇ ਹੈ ਨਾ ਉਹਨਾਂ ਦੇ ਸਾਰਿਆਂ ਦੇ ਆਲਮੋਸਟ ਵੀਜ਼ੇ ਹੋ ਗਏ ਆ ਰੀਜ਼ਨ ਬੀਇੰਗ ਕਿ ਇੱਕ ਤੇ ਗ੍ਰੀਸ ਦੀ ਜਿਹੜੀ ਫੀਸ ਆ ਬਹੁਤ ਘੱਟ ਹੈ ਓਕੇ 6-7 ਹਜ਼ਾਰ ਯੂਰੋ ਸਾਰੀ ਆ 5-6 ਲੱਖ ਫੀਸ ਸਾਲ ਦੀ ਕੋਈ ਮਾਇਨੇ ਨਹੀਂ ਰੱਖਦੀ ਜੀ ਹੁਣ 6 ਮਹੀਨੇ ਉਹਨੇ ਜਰਮਨੀ ਚ ਕਰਨਾ ਤੇ ਉਹਦਾ ਫਾਇਦਾ ਕੀ ਜਾਂ ਡਾਇਰੈਕਟ ਉਹ ਜਰਮਨੀ ਵਿੱਚ ਕਰਨਾ ਸੀਗਾ ਤੇ ਉਹਦਾ ਬਲੌਕ ਅਕਾਊਂਟ 10,236 ਯੂਰੋ ਦਾ ਖੁੱਲਣਾ ਸੀ ਗ੍ਰੀਸ ਚ ਉਹ ਵੀ ਨਹੀਂ ਸ਼ੋ ਕਰਨਾ ਤੁਸੀਂ ਮਿਨੀਮਮ 7-8 ਲੱਖ ਫੰਡਿੰਗ ਸ਼ੋ ਕਰੋ ਔਰ ਤੁਸੀਂ ਅਪਲਾਈ ਕਰ ਸਕਦੇ ਹੋ ਔਰ ਉਹਨਾਂ ਨੂੰ ਆਇਲਸ ਵੀ ਨਹੀਂ ਚਾਹੀਦੀ ਠੀਕ ਹੈ ਤੇ ਇਦਾਂ ਦੀ ਕੰਟਰੀਜ਼ ਆ ਜਿਹੜੀ ਯੂਰਪ ਚ ਹੈ ਜਿਹੜੇ ਹਨਾ ਅੱਛਾ ਜਰਮਨੀ ਚ ਤੁਸੀਂ ਜਾ ਰਹੇ 6 ਮਹੀਨੇ ਪੜ ਕੇ 2-3 ਇਹ ਪੋਸਟ ਸਟੱਡੀ ਵਰਕ ਪਰਮਿਟ ਤੁਹਾਨੂੰ ਮਿਲ ਰਿਹਾ ਪੂਰਾ ਸਾਰਾ ਕੁਝ ਮਿਲ ਰਿਹਾ ਜੀ ਫੀਸ ਬਹੁਤ ਘੱਟ ਹੈ ਇਦਾਂ ਦੇ ਵੇ ਆਊਟ ਸਾਨੂੰ ਕੱਢਨੇ ਪੈਂਦੇ ਜਿਹੜੇ ਬੱਚੇ ਨੂੰ ਅਸੀਂ ਦੱਸਦੇ ਹਾਂ ਸਵਿਟਜ਼ਰਲੈਂਡ ਦਾ ਮੈਂ ਪਿਛਲੀ ਵਾਰ ਵੀ ਦੱਸਿਆ ਸੀਗਾ ਉੱਥੇ ਵੀ ਆਇਲਸ ਜਸਟ 5 ਬੈਂਡ ਚਾਹੀਦੀ ਹੈ ਔਰ 6 ਮੰਥ ਸਟੱਡੀਜ਼ ਕਰੋ 6 ਮੰਥ ਤੁਸੀਂ ਇੰਟਰਨਸ਼ਿਪ ਪੇਡ ਇੰਟਰਨਸ਼ਿਪ ਹੈ 1,65,000 2,400-2,200 ਸਵਿਸ ਫਰੈਂਕ ਕੋਈ ਆਲਮੋਸਟ ਮਿਲ ਰਹੇ ਪਰ ਮੰਥ 5-6 ਮਹੀਨੇ ਉਹ ਮਿਲ ਰਹੇ ਆ ਤੇ ਇਹ ਜਿਹੜੇ ਕਾਫੀ ਅੱਛੇ ਕੋਰਸਿਸ ਹੈ ਜਿਹਦੇ ਵਿੱਚ ਬੱਚਾ ਜਿਹੜਾ 5-5.5 ਬੈਂਡ ਕੀ ਹੁੰਦੇ ਆ ਬਿਲਕੁਲ ਜਾਂ ਗ੍ਰੀਸ ਚ ਵਿਦਆਊਟ ਆਇਲਸ ਜਾ ਰਹੇ ਆ ਸਿੰਗਾਪੁਰ ਪਾਥਵੇ ਲੈ ਸਕਦੇ ਆ ਕਿ 1 ਸਾਲ ਸਿੰਗਾਪੁਰ ਪੜੋ ਨੈਕਸਟ ਇਅਰ ਤੁਸੀਂ ਆਸਟ੍ਰੇਲੀਆ ਜਾ ਸਕਦੇ ਹੋ ਬਿਲਕੁਲ ਬਿਲਕੁਲ ਉਹ ਜੇ ਫਿਰ ਸਟੂਡੈਂਟਸ ਕਰ ਸਕਦੇ ਬਿਲਕੁਲ ਵਾਕਈ ਬਹੁਤ ਅੱਛੇ ਪ੍ਰੋਗਰਾਮਸ ਤੁਸੀਂ ਜੋ ਇਹ ਦੱਸੇ ਨੇ ਕਿਉਂਕਿ ਜਿੱਥੇ ਆਪਾਂ ਵਿਦਆਊਟ ਆਇਲਸ ਆਪਸ਼ਨ ਦੀ ਗੱਲ ਕਰਦੇ ਆ ਨਾਲ ਦੇ ਨਾਲ ਦਾ ਖਰਚਾ ਵੀ ਬਹੁਤ ਘਟ ਜਾਂਦਾ ਅਗਰ ਜਿਵੇਂ ਆਪਾਂ ਗ੍ਰੀਸ ਦੀ ਗੱਲ ਕਰ ਰਹੇ ਨੈਚੁਰਲ ਕਿਸੇ ਵੀ ਕੰਟਰੀ ਦਾ ਜੇ ਆਪਾਂ ਲੈਨੇ ਨਾ ਤੇ ਖਰਚਾ ਜਿਹੜਾ ਅੱਛਾ ਫਿਰ ਲਿਵਿੰਗ ਕਾਸਟ ਵੀ ਘਟ ਹੈ ਹਾਂਜੀ ਹਾਂਜੀ ਔਰ ਦੂਜਾ ਉਹਨਾਂ ਨੂੰ ਬਾਹਰ ਰਹਿਣ ਦਾ ਐਕਸਪੋਜ਼ਰ ਮਿਲ ਗਿਆ ਫਿਰ ਬੜੀ ਕੰਟਰੀ 'ਚ ਜਾਂਦੇ ਤਾਂ ਉਹਨਾਂ ਨੂੰ ਸੈਟਲ ਹੋਣ 'ਚ ਵੀ ਹੈਲਪ ਮਿਲਦੀ ਹੈ ਜੀ 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 ਬਿਲਕੁਲ ਸਹੀ ਕਿਹਾ ਤੁਸੀਂ ਹੈਲੋ ਹੈਲੋ
हाँ जी सत श्री अकाल जी, की नाम है? हाँ जी, की सवाल है जी? हाँ जी, मैं प्लस टू की थी 2021। ठीक है जी, मैम आज फोन की थी, दो मॉड्यूल से मेरे 5.5 बैंड है और दो मॉड्यूल से मेरे 6 बैंड है। ओके, किथे लिए अप्लाई करना है? अप्लाई कर सकते हैं कनाडा लिए? कनाडा लिए करना है। ओके, हाँ जी मैम। इन्होंने प्लस टू की, ग्रेजुएशन की? प्लस टू की 2021। देखो ये ट्राई कर सकते हैं, 2-5 थोड़ा जा रिस्की रहता है। उस तो वधिया मेरी जड़ी गाइडेंस होएगी कि पीटी कर लेन, पीटी ते वीजा ज्यादा आ रहा है ते नॉन एसडीएस होएगा, चाहे आइल्स करन चाहे पीटी करन। जी जी, पर उस तो वधिया पीटी च जड़ा वीजा ज्यादा है, जै एक च 5.5 होंदा ते मैं इन्हां नूं कहंदी कि तुसी कर लो, 2-5 है, थोड़ा रिस्की है, रिस्की वीजा चांसेस 25-30% या 40% है, जिन्ना रिस्क है लैण नूं तैयार है ते कर सकदे जी, अदरवाइज मुश्किल। बिल्कुल, सो इसीलिए इन्ने सालां तो स्टूडेंट्स भी मैम ते भरोसा करदे ने, नेविगेटर ओवरसीज से भरोसा करदे ने, क्योंकि मैं कहानी दसदी हां तुहानूं, अटलांटिक पायलट प्रोग्राम कैनेडा दा इक चलदा है, मेरे कोल इक स्टूडेंट सी जिन्नू मैं आस्ट्रेलिया भेजा सी 10 साल पहले। ठीक है, किसी कारणवश ओह आ गई सी, मैरिज होई, ना जा नहीं सकी, 2 बच्चे हो गए, हुण ओह कहिंदे कि मैनूं दुबारा भेजो, क्योंकि एजुकेशन जिहदे विच मैं भेजा सी ओह कंप्लीट नहीं करके आई। ठीक है, हुण कंप्लीट नहीं करके आई ते प्रोफाइल खराब हो गई, मैनूं भेजना मुश्किल सीगा, ऑल्दो उहने कि जीएनएम कीती होई सी और इत्थे जॉब कर रही सीगी, ਉਹਦੇ ਬੇਸ ਤੇ ਇੱਕ ਐਟਲਾਂਟਿਕ ਪਾਇਲਟ ਪ੍ਰੋਗਰਾਮ ਜਿਹਦੇ ਵਿੱਚ ਪੇਡ ਸੈਲਰੀ ਪੀਆਰ ਸਾਰਾ ਕੁਝ ਹੈ। 10 ਸਾਲ ਤੱਕ ਉਸ ਬੱਚੇ ਨੇ ਕਿਸੇ ਹੋਰ ਕੋਲ ਨਹੀਂ ਗਈ, ਖਾਲੀ ਮੇਰਾ ਵੇਟ ਕੀਤਾ ਕਿ ਕੋਈ ਪ੍ਰੋਗਰਾਮ ਆਏਗਾ ਤੇ ਮੈਡਮ ਤੋਂ ਹੀ ਜਾਣਾ, ਨਹੀਂ ਤਾਂ ਨਹੀਂ ਜਾਣਾ। ਠੀਕ ਹੈ, ਹੈਨਾ, 2 ਮਹੀਨੇ ਪਹਿਲੇ ਇੱਥੋਂ ਜਾ ਚੁੱਕੀ ਹੈ ਜੀ, ਤੇ ਇੱਦਾਂ ਦੇ ਸਟੂਡੈਂਟਸ ਆ ਜਿਨ੍ਹਾਂ ਨੂੰ ਪਤਾ ਹੈ ਕਿ ਮਤਲਬ ਇਹ ਵੀ ਕੰਮ ਸਾਡਾ ਬਹੁਤ ਹੀ ਕੰਪਲੀਕੇਟਿਡ ਹੈ ਕਿ ਹਰ ਕਿਸੇ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਬਿਲਕੁਲ, ਕਿ ਤੁਸੀਂ ਉਹਦੇ ਕੋਲ ਹੀ ਜਾਂਦੇ ਹੋ, ਹੁਣ ਮੇਰੇ ਕੋਲ ਸਟੂਡੈਂਟ ਜਿਹੜੇ 15 ਸਾਲ ਪਹਿਲੇ ਗਏ ਆ, 20 ਸਾਲ ਪਹਿਲੇ ਗਏ, ਉਹਨਾਂ ਦੇ ਰਿਲੇਟਿਵਸ ਦੇ ਫੋਨ ਆਣਗੇ ਜੀ, ਤੇ ਇਟਸ ਕਾਈਂਡ ਆਫ ਯੂ ਨੋ ਇੱਕ ਮੇਰੇ ਵਾਸਤੇ ਵੀ ਇੱਕ ਇੱਜ਼ਤ ਹੈ ਕਿ ਇੰਨਾ ਮਾਣ ਦਿੱਤਾ ਹੈ ਜਨਤਾ ਨੇ ਮੈਨੂੰ। ਬਿਲਕੁਲ, ਦੇ ਟਰਸਟ ਮੀ ਔਰ ਮੈਂ ਰੱਬ ਮੈਨੂੰ ਇੰਨੀ ਸ਼ਕਤੀ ਦੇ ਕਿ ਮੈਂ ਉਹਨਾਂ ਦਾ ਵਿਸ਼ਵਾਸ ਪੂਰਾ ਕਰ ਸਕਾਂ। ਬਿਲਕੁਲ ਸਹੀ ਕਿਹਾ, ਕਿਉਂਕਿ ਅਗਰ ਅਸੀਂ ਇਮੀਗ੍ਰੇਸ਼ਨ ਕੰਪਨੀਆਂ ਦੀ ਗੱਲ ਕਰੀਏ, ਕੰਪਨੀ ਢੇਰ ਸਾਰੀਆਂ ਨੇ, ਪਰ ਭਰੋਸਾ ਅਸੀਂ ਕਿਸ ਦੇ ਉੱਪਰ ਕਰ ਸਕਦੇ ਹਾਂ, ਸਵਾਲ ਇਹ ਹੁੰਦਾ ਬਹੁਤ ਵੱਡਾ। ਸੋ ਇੰਨੇ ਸਾਲਾਂ ਦੇ ਐਕਸਪੀਰੀਅੰਸ ਦੇ ਨਾਲ ਮੈਮ ਨੇ, ਹੁਣ ਜਿਵੇਂ ਅਸੀਂ ਗੱਲ ਕਰੀਏ, ਕਾਲ ਆਈ ਸੀ, ਮੈਮ ਨੇ ਕਲੀਅਰ ਕਰ ਦਿੱਤਾ ਕਿ ਨਹੀਂ ਤੁਸੀਂ ਨਹੀਂ ਕਰ ਸਕਦੇ, ਉਹੀ ਜਿਹੜੇ ਥੋੜਾ ਠੱਗਣ ਵਾਲੀ ਨੇਚਰ ਹੁੰਦੀ ਜਿਹਨੇ ਕੰਪਨੀਜ਼ ਦੀ, ਉਹ ਕਹਿੰਦੇ ਨੇ ਹਾਂਜੀ ਤੁਸੀਂ ਆ ਜਾਓ, ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਤੁਹਾਡਾ ਕਰਵਾ ਦਵਾਂਗੇ। ਸੋ ਸਟੂਡੈਂਟਸ ਨੂੰ ਵੀ ਸੱਚ ਸੁਣਨ ਦੀ ਹਿੰਮਤ ਜ਼ਰੂਰ ਰੱਖਣੀ ਚਾਹੀਦੀ ਹੈ। ਪ੍ਰੋਬਲਮ ਕੀ ਹੋ ਗਈ ਜੋ ਸਟੂਡੈਂਟ ਸੱਚ ਨਹੀਂ ਸੁਣਨਾ ਚਾਹੁੰਦਾ? ਬਿਲਕੁਲ, ਕਿਉਂਕਿ ਸੱਚਾਈ ਵੇਚਣਾ ਬੜਾ ਮੁਸ਼ਕਲ ਹੈ, ਝੂਠ ਵੇਚਣਾ ਬੜਾ ਈਜ਼ੀ ਹੈ। ਬਿਲਕੁਲ, ਕਿਉਂਕਿ ਹਰ ਕਈ ਵਾਰੀ ਸਟੂਡੈਂਟਸ ਕਹਿੰਦੇ ਮੈਡਮ ਤੁਸੀਂ ਮਨਾ ਕਰ ਦਿੱਤਾ, ਅਸੀਂ ਤੇ ਅਪਲਾਈ ਕਰਨਾ ਹੀ ਆ, ਉਹਨੇ ਗਾਰੰਟੀ ਦਿੱਤੀ ਹੈ। ਜੇ ਕੋਈ ਗਾਰੰਟੀ ਦਿੰਦਾ ਹੈ ਤਾਂ ਮੈਂ ਕਹਿੰਦੀ ਹਾਂ ਤੁਸੀਂ ਐਫੀਡੈਵਿਟ ਤੇ ਗਾਰੰਟੀ ਲਓ, ਗਾਰੰਟੀ ਉਹ ਹੁੰਦੀ ਹੈ ਜ਼ਬਾਨੀ, ਕੋਈ ਗਾਰੰਟੀ ਨਹੀਂ ਹੁੰਦੀ, ਝੂਠ ਬੋਲ ਕੇ ਤਾਂ ਤੁਹਾਨੂੰ ਕੋਈ ਕਿਧਰੇ ਵੀ ਪਹੁੰਚਾ ਸਕਦਾ। ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ ਮੈਮ, ਔਰ ਲਗਾਤਾਰ ਨੰਬਰ ਡਿਸਪਲੇ ਹੋ ਰਿਹਾ ਜੀ, ਲਾਈਵ ਸ਼ੋਅ ਹੈ, ਤੁਹਾਡਾ ਕੋਈ ਸਵਾਲ ਹੈ ਤੁਸੀਂ ਮੈਮ ਤੋਂ ਲਾਈਵ ਸ਼ੋਅ ਦੇ ਵਿੱਚ ਸਲਾਹ ਜ਼ਰੂਰ ਲੈ ਸਕਦੇ ਹੋ, ਸ਼ੋਅ ਤੋਂ ਬਾਅਦ ਵੀ ਤੁਸੀਂ ਇਸ ਨੰਬਰ ਦੇ ਉੱਪਰ ਕਾਲ ਕਰਕੇ ਨੈਵੀਗੇਟਰ ਓਵਰਸੀਜ਼ ਦੀ ਟੀਮ ਦੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ, ਜੋ ਐਡਰੈਸ ਹੈ ਉਹ ਵੀ ਜੋ ਹੈ ਨੀਚੇ ਸਕਰੋਲ ਦੇ ਵਿੱਚ ਚੱਲ ਰਿਹਾ, ਤੁਸੀਂ ਆਪਣੇ ਡਾਕੂਮੈਂਟਸ ਲੈ ਕੇ ਵੀ ਵਿਜ਼ਿਟ ਕਰ ਸਕਦੇ ਹੋ, ਤਾਂ ਕਿ ਸਹੀ ਤਰੀਕੇ ਨਾਲ ਅਸੈਸਮੈਂਟ ਕਰਵਾ ਕੇ ਵਧੀਆ ਗਾਈਡੈਂਸ ਦੇ ਨਾਲ ਚੰਗੀ ਥਾਂ ਅਪਲਾਈ ਕਰੋ ਤੇ ਆਪਣਾ ਸਟੱਡੀ ਵੀਜ਼ਾ ਟਾਈਮਲੀ ਹਾਸਲ ਕਰੋ। ਮੈਮ ਆਸਟ੍ਰੇਲੀਆ ਦੀ ਗੱਲ ਕਰਨਾ ਚਾਹਾਂਗੇ ਕਿ ਮੈਂ ਵੈਸੇ ਹਰੇਕ ਕੰਸਲਟੈਂਟ ਦੇ ਨਾਲ ਇਹ ਗੱਲ ਜ਼ਰੂਰ ਕਰਦੀ ਹਾਂ ਤਾਂ ਕਿ ਸਟੂਡੈਂਟਸ ਅਵੇਅਰ ਰਹਿਣ ਕਿ ਜਿਸ ਤਰੀਕੇ ਨਾਲ ਫਰੋਡ ਡਾਕੂਮੈਂਟਸ ਨੂੰ ਲੈ ਕੇ ਵੈਰੀਫਿਕੇਸ਼ਨ ਟਾਈਮ ਸਾਡੇ ਪੰਜਾਬ ਹਰਿਆਣੇ ਵਿੱਚ ਵੱਧਦਾ ਜਾ ਰਿਹਾ, ਸੋ ਸਟੂਡੈਂਟਸ ਨੂੰ ਖੁਦ ਵੀ ਅਵੇਅਰ ਹੋਣ ਦੀ ਜ਼ਰੂਰਤ ਹੈ। ਇੰਨੀ ਜਲਦੀ ਇਹ ਕਹਿ ਦੇਣਾ ਕਿ ਚਲੋ ਠੀਕ ਹੈ ਜੀ ਲਗਾ ਦਿਓ ਸਾਡਾ ਡਾਕੂਮੈਂਟ ਤੇ ਸਾਨੂੰ ਬਸ ਬਾਹਰ ਭੇਜ ਦਿਓ। ਦੇਖੋ ਜੇ ਉਹ ਬਾਹਰ ਬਾਈ ਚਾਂਸ ਨਹੀਂ ਜਾ ਸਕੇ ਜੀ, ਤੇ ਉਹ ਪ੍ਰੋਫਾਈਲ ਤੇ ਉਹਨਾਂ ਦਾ ਸਾਰੀ ਜ਼ਿੰਦਗੀ ਵਾਸਤੇ ਖਰਾਬ ਹੋ ਗਿਆ। ਬਿਲਕੁਲ, ਉਹਨਾਂ ਦੇ 4020 ਵੀ ਲੱਗ ਸਕਦੀ ਹੈ ਯੂਕੇ ਵਿੱਚ, ਦੂਜੇ ਕੰਟਰੀਜ਼ ਦੇ ਵਿੱਚ ਵੀ ਬੈਨ ਲੱਗ ਸਕਦੇ ਆ, ਉਹ ਮਤਲਬ ਪ੍ਰੋਫਾਈਲ ਟੋਟਲੀ ਖਰਾਬ ਹੋ ਜਾਏਗਾ। ਇਹ ਸਟੂਡੈਂਟ ਨੇ ਸੋਚਣਾ ਹੈ ਕਿ ਵੈਦਰ ਦੇ ਵਾਂਟ ਟੂ ਰੀਚ, ਉਹ ਜਾਣਾ ਹੈ ਖਾਲੀ ਚਾਹੁੰਦੇ ਆ, ਅੱਛਾ ਚਲੇ ਵੀ ਗਏ ਤੇ ਉਹ ਅੱਗੇ ਸੈਟਲ ਕਿੱਦਾਂ ਹੋਣਗੇ, ਪੀਆਰ ਕਿੱਦਾਂ ਮਿਲੇਗੀ ਉਹਨਾਂ ਨੂੰ। ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ। ਸੋ ਅਗਲੇ ਕਾਲਰ ਸਾਡੇ ਨਾਲ ਲਾਈਨ ਤੇ ਨੇ। ਹੈਲੋ, ਹੈਲੋ ਮੈਡਮ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਜੀ ਆਪਾਂ ਫਸਟ ਬੋਲ ਰਹੇ ਆ ਜੀ। ਹਾਂਜੀ, ਕੀ ਸਵਾਲ ਹੈ ਜੀ ਤੁਹਾਡਾ? ਨਿਊਜ਼ੀਲੈਂਡ ਜਾਣਾ ਹੈ? ਕੈਨੇਡਾ ਜਾਣਾ? ਓਕੇ, ਕਿਹੜੇ ਈਅਰ ਵਿੱਚ ਸਟੱਡੀ ਕੰਪਲੀਟ ਕੀਤੀ ਹੋਈ ਹੈ? 2015 ਵਿੱਚ। ਤੇ 15 ਤੋਂ ਲੈ ਕੇ ਹੁਣ ਤੱਕ ਕੀ ਕਰ ਰਹੇ ਨੇ? ਓਕੇ ਠੀਕ ਹੈ।
19 आए, ओके ठीक है। हाँ जी, इंडिया आया तो मुड़ के और लॉकडाउन लग गया तो जिधर वीजा खत्म हो गया तो मुड़ के वो दोनों एक के ये 2.5 साल हो गए। हाँ जी ठीक है जी, तो हूँ कैनेडा भेजना चाहते हो तुम जी? हाँ जी हूँ कैनेडा भेजना चाहते हो? हाँ जी, उन्होंने शायद आवाज़ मेरी नहीं पहुंच पा रही है, बट अल्टीमेटली गल है कि 2015 में न्यूजीलैंड से 19 वापस आए, वापस नहीं जा सके, कैनेडा हूँ जाना चाहते हैं। हरजोत, ये यो जे जो प्रोफाइल होंगे थोड़े टैक्निकल होंगे है जी, कि ओवर स्टे ना हुई हो, कोई इदा का क्वालिफिकेशन कंप्लीट है कि नहीं है जी, क्योंकि जब दूजी कंट्री च कर रहे हैं तो मैं हमने जो एग्जाम्पल दिता सी कि जो बच्चे ने उत्थे कंप्लीट नहीं की तो फिर है कि दूजी कंट्री च भी वह पढ़ूगा क्यों, ठीक है ना? ये इन्हों आना पेगा परसनली या साडे कॉलेज कॉल करेंगे, मैं इन्हों दे नाल आप गल करूंगी जी, पूरा सानू डिटेल च प्रोफाइल चाहिए और उदे बाद असीं इन्हां नू पूरा गाइड कर सकते हैं कि किद्दां होएगा जी 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 बिल्कुल, क्योंकि बेस्ट सोल्यूशन, क्योंकि ये छोटा जिहा प्रोग्राम होंदा जिहदे विच आपां इन्नी क गलबात भी करते हैं, फोन कॉल भी लैंदे, इन्नी डिटेल च शायद एक प्रोफाइल डिस्कस नहीं हो सकता बिल्कुल, वो जद ना इन्हां दा नंबर साडे कोल आ गया और साडे जद ऑफिस तो फोन आएगा उदे बाद डिटेल च अपने डाक्यूमेंट्स भेज देन, उदे बेस ते असीं इन्हां नू पूरा शॉर्टलिस्ट करके दसांगे, क्योंकि ਸਾਡੀ ਆਦਤ ਨਹੀਂ ਹੈ ਕਿ ਅਸੀਂ ਬਿਨਾ ਮਤਲਬ ਇਹਨਾਂ ਦੇ ਡਾਕੂਮੈਂਟਸ ਲੈ ਲਈਏ, ਇਹਨਾਂ ਦਾ ਵੀ ਟਾਈਮ ਵੇਸਟ ਹੋਏ, ਸਾਡਾ ਵੀ ਟਾਈਮ ਵੇਸਟ ਹੋਏ ਬਿਲਕੁਲ, ਕਿਉਂਕਿ ਜੇ ਟਾਈਮ ਵੇਸਟ ਹੋ ਰਿਹਾ ਟਾਈਮ ਹੀ ਪੈਸਾ ਅੱਜ ਦੇ, ਕਿਉਂਕਿ ਇਹਨਾਂ ਦਾ ਵੀ ਜੇ 6 ਮਹੀਨੇ ਕਿਧਰੇ ਫਾਈਲ ਲਟਕ ਗਈ, ਅੰਬੈਸੀ ਫੀਸ ਵੀ ਜਾਣੀ ਹੈ, ਹੋਰ ਵੀ ਹੈਸਲਮੈਂਟ ਹੈ, ਤੇ ਉਹਦੇ ਬਜਾਏ ਅਸੀਂ ਇਹਨਾਂ ਦੇ ਪੂਰੇ ਜਿਹੜੇ ਡਾਕੂਮੈਂਟ ਦੇਖਣ ਦੇ ਬਾਅਦ ਹੀ ਪ੍ਰੋਪਰ ਗਾਈਡ ਕਰਾਂਗੇ ਜੀ 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 ਬਿਲਕੁਲ, ਗੱਲ ਉੱਥੇ ਹੈ ਜੀ, ਕਿਉਂਕਿ ਜਿਵੇਂ ਇਹਨਾਂ ਨੇ ਗੱਲ ਕੀਤੀ ਇਸ ਤਰ੍ਹਾਂ ਹਰ ਇੱਕ ਪ੍ਰੋਫਾਈਲ ਡਿਫਰੈਂਟ ਹੁੰਦੀ ਹੈ, ਤੁਸੀਂ ਇਹ ਨਾ ਵੇਖਿਆ ਕਰੋ ਕਿ ਮੇਰੇ ਨਾਲ ਦੇ ਨੇ ਇਸ ਪ੍ਰੋਸੀਜਰ 'ਚੋਂ ਗਿਆ ਅਤੇ ਉਹਦਾ ਵੀਜ਼ਾ ਆ ਗਿਆ, ਮੈਂ ਵੀ ਸੇਮ ਉਸੇ ਰਸਤੇ 'ਤੇ ਤੁਰਾਂਗਾ ਤਾਂ ਮੇਰਾ ਵੀ ਵੀਜ਼ਾ ਆ ਜਾਏਗਾ, ਸੋ ਬਹੁਤ ਚੀਜ਼ਾਂ ਡਿਫਰੈਂਟ ਹੁੰਦੀਆਂ, ਬਹੁਤ ਅੱਛੀ ਗੱਲ ਤੁਸੀਂ ਹਰਜੋਤ ਕਹੀ ਹੈ ਜੀ, ਕਿਉਂਕਿ ਕਈ ਵਾਰੀ ਬੱਚੇ ਕਹਿੰਦੇ ਕਿ ਉਹ ਤਾਂ ਚਲਿਆ ਗਿਆ ਅਤੇ ਹਰ ਪ੍ਰੋਫਾਈਲ ਜਿਹੜੀ ਹੈ ਵੀਜ਼ੇ ਦੇ ਵਿੱਚ ਹਰ ਪ੍ਰੋਫਾਈਲ ਡਿਫਰੈਂਟ ਹੈ ਬਿਲਕੁਲ, ਤੁਸੀਂ ਇਹ ਦੇਖੋ ਪਿੱਛੇ ਮੈਂ ਕੈਨੇਡਾ ਦਾ ਵੀਜ਼ਾ ਕਰਾਇਆ ਸੀਗਾ, 21 ਸਾਲ ਦਾ ਲੜਕਾ ਜੀ ਜੀ, ਔਰ ਮਦਰ ਜਿਹੜੀ ਹੈ ਇੱਥੇ ਗਵਰਨਮੈਂਟ ਜੋਬ 'ਚ ਸੀਗੀ, ਨਰਸਿੰਗ ਨਰਸ PGI ਵਿੱਚ ਜੀ, ਹਸਬੈਂਡ ਨਹੀਂ ਸੀਗੇ, ਬੜਾ ਟ੍ਰਿਕੀ ਪ੍ਰੋਫਾਈਲ ਸੀਗਾ ਹੈ ਨਾ, ਪੈਸੇ ਪੂਸੇ ਵੀ ਨਹੀਂ, ਅਕਾਊਂਟ 'ਚ ਕੋਈ ਕੁਛ ਨਹੀਂ, ਬੜਾ ਟ੍ਰਿਕੀ ਪ੍ਰੋਫਾਈਲ ਸੀਗਾ, ਉਸ ਨੂੰ ਹੈਂਡਲ ਕਰਨਾ, ਵੀਜ਼ਾ ਲਗਵਾਉਣਾ 21 ਸਾਲ ਦੇ ਬੱਚੇ ਦਾ ਵਾਸ ਵੈਰੀ ਡਿਫੀਕਲਟ, ਤੇ ਹਰ ਪ੍ਰੋਫਾਈਲ, ਕਿਉਂਕਿ ਉੱਥੇ ਤੁਸੀਂ ਇੰਟਰਵਿਊ ਨਹੀਂ ਦੇ ਰਹੇ, US ਦੇ ਵਿੱਚ ਤੁਸੀਂ ਇੰਟਰਵਿਊ ਦੇ ਰਹੇ ਹੋ ਜੇ ਟੂਰਿਸਟ ਵੀਜ਼ਾ ਦੀ ਗੱਲ ਕਰੀਏ ਬਿਲਕੁਲ, ਤੇ ਕੈਨੇਡਾ ਦੇ ਵਿੱਚ ਚਾਹੇ ਸਟੂਡੈਂਟ ਵੀਜ਼ਾ ਹੋਏ ਟੂਰਿਸਟ ਵੀਜ਼ਾ ਹੋਏ, ਤੁਸੀਂ ਕੋਈ ਇੰਟਰਵਿਊ ਨਹੀਂ ਦੇ ਰਹੇ, ਕਾਗਜ਼ ਦੇ ਬੇਸ ਤੇ ਹੈ ਕਿ ਤੁਸੀਂ ਵੀਜ਼ਾ ਆਫੀਸਰ ਨੂੰ ਕਿੱਦਾਂ ਕਨਵਿੰਸ ਕਰਨਾ, ਇਹ ਸਾਰੇ ਚੀਜ਼ ਹੈ, ਤੇ ਉਹਦੇ ਵਾਸਤੇ ਤੁਹਾਡਾ ਕੰਸਲਟੈਂਟ ਬਹੁਤ ਵਧੀਆ ਹੋਣਾ ਚਾਹੀਦਾ ਜਿਹਦੇ ਵਾਸਤੇ ਸਾਨੂੰ ਕੰਮ ਕਰਦੇ ਇੰਨਾ ਟਾਈਮ ਹੋ ਗਿਆ ਜੀ ਬਿਲਕੁਲ, ਜਿਵੇਂ ਤੁਸੀਂ ਟੂਰਿਸਟ ਵੀਜ਼ਾ ਦੀ ਗੱਲ ਕੀਤੀ, ਸਟੱਡੀ ਵੀਜ਼ਾ ਨੂੰ ਦੇ ਉੱਪਰ ਫਾਈਲਿੰਗ ਦੇ ਉੱਪਰ ਕੰਮ ਕਰਨਾ ਤਾਂ ਮੰਨਿਆ ਜਾਂਦਾ ਕਿ ਬਹੁਤ ਐਕਸਪੀਰੀਅੰਸ ਹੈ ਟਾਈਮ, ਪਰ ਟੂਰਿਸਟ ਵੀਜ਼ਾ ਨੂੰ ਫਿਰ ਬੜਾ ਈਜ਼ੀ ਲਿਆ ਜਾਂਦਾ, ਟੂਰਿਸਟ ਵੀਜ਼ਾ ਦੇ ਉੱਪਰ ਕੰਮ, ਟੂਰਿਸਟ ਵੀਜ਼ਾ ਤੇ ਉਸ ਤੋਂ ਵੀ ਟਫ ਹੈ ਓਕੇ, ਕਿਉਂਕਿ ਤੁਹਾਨੂੰ ਕਮਿਟਮੈਂਟਸ ਦਿਖਾਣੀ ਪੈਂਦੀਆਂ ਕਿ ਤੁਸੀਂ ਵਾਪਸ, ਟੂਰਿਸਟ ਵੀਜ਼ਾ ਮੀਨਸ ਕਿ ਤੁਸੀਂ ਘੁੰਮ ਕੇ ਵਾਪਸ ਆ ਜਾਓਗੇ, ਹਾਂਜੀ ਹਾਂਜੀ, ਤੁਹਾਡੇ ਆਪਣੀ ਕੰਟਰੀ ਨਾਲ ਕੀ ਕਮਿਟਮੈਂਟਸ ਹੈ, ਫਾਈਨੈਂਸ਼ਲੀ ਤੁਸੀਂ ਕਿੰਨੇ ਸਟੇਬਲ ਹੋ ਹੈ ਨਾ, ਤੁਸੀਂ ਪਿੱਛੇ ਫੈਮਿਲੀ ਦੇ ਵਿੱਚ ਕੌਣ ਹੈ ਜਿਹੜਾ ਤੁਹਾਡੀ ਵੇਟ ਕਰ ਰਿਹਾ, ਇਹ ਕਾਫੀ ਸਾਰੇ ਚੀਜ਼ਾਂ ਹੁੰਦੀਆਂ, ਜੇ ਤੁਸੀਂ ਇਹ ਸੈਟੀਸਫਾਈ ਕਰ ਸਕੇ ਜੀ, ਫਿਰ ਹੀ ਤੁਹਾਨੂੰ ਚਾਹੇ ਕੋਈ ਛੋਟੀ ਵੀ ਕੰਟਰੀ ਹੋਏ ਵੀਜ਼ਾ ਤਾਂ ਹੀ ਲੱਗੇਗਾ ਜੇ ਤੁਸੀਂ ਇਹ ਸਾਰੀ ਕੰਡੀਸ਼ਨ ਪੂਰੀ ਕਰ ਸਕਦੇ ਹੋ, ਕਿਉਂਕਿ ਵੀਜ਼ਾ ਕੈਟਾਗਰੀਜ਼ ਅਲੱਗ ਹੈ, ਕੁਝ ਵੀਜ਼ਾ ਕੈਟਾਗਰੀ ਹੈ ਜਿਹਦੇ ਵਿੱਚ ਤੁਸੀਂ ਪੁਆਇੰਟ ਕਲੇਮ ਕਰ ਰਹੇ ਹੋ, PR ਲੈ ਰਹੇ ਹੋ, ਉਹ ਤੇ ਜੇ ਤੁਹਾਡੀ ਤੁਸੀਂ ਉੱਥੇ ਸੈਟਲ ਹੋਣ ਵਾਸਤੇ ਹੀ ਕਰ ਰਹੇ ਹੋ, ਉਹਨਾਂ ਨੇ ਕੈਟਾਗਰੀ ਅਲੱਗ ਬਣਾਈ ਹੈ ਬਿਲਕੁਲ, ਸਟੂਡੈਂਟ ਦਾ ਕਿ ਤੁਸੀਂ ਪੜ੍ਹ ਕੇ ਵਾਪਸ ਆਓਗੇ ਜਾਂ ਪੜ੍ਹ ਕੇ ਉੱਥੇ ਜਿਹੜਾ ਪੋਸਟ ਸਟੱਡੀ ਵਰਕ ਪਰਮਿਟ ਆ ਉਹਦੇ ਵਿੱਚ ਆਪਣਾ ਪ੍ਰੋਫੈਸ਼ਨਲੀ ਗਰੋ ਕਰੋਗੇ ਜੀ ਜੀ, ਔਰ ਟੂਰਿਸਟ ਵੀਜ਼ਾ ਮਤਲਬ ਤੁਸੀਂ ਘੁੰਮ ਕੇ ਵਾਪਸ ਆਓਗੇ ਬਿਲਕੁਲ, ਸੋ ਉਸ ਚੀਜ਼ ਨੂੰ ਰਿਪ੍ਰੈਜ਼ੈਂਟ ਕਰਨਾ ਕਿ ਯੈਸ ਬਿਲਕੁਲ ਜੈਨੂਇਨ ਰੀਜ਼ਨ ਹੈ, ਬਾਕੀ ਉਸ ਵਿੱਚ ਵੀ ਬਹੁਤ ਇੱਕ ਮਾਹਿਰ ਅੱਖ ਹੋਣੀ ਚਾਹੀਦੀ ਹੈ ਜੋ ਚੀਜ਼ਾਂ ਨੂੰ ਦੇਖਣ ਸਮਝਣ ਔਰ ਪ੍ਰੈਜ਼ੈਂਟ ਕਰਨ, ਸੋ ਅਗਰ ਆਪਾਂ ਮੈਂ ਗੱਲ ਕਰੂੰਗੀ ਕਿ ਸਪਾਊਸ ਵੀਜ਼ਾ ਨੂੰ ਲੈ ਕੇ ਸਵਾਲ ਬਹੁਤ ਰਹਿੰਦੇ ਨੇ ਕਿ ਸਟੂਡੈਂਟ ਕਹਿੰਦੇ ਨੇ ਕਿ ਅਸੀਂ ਸਪਾਊਸ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਹਾਂ ਤਾਂ ਕਿਹੜੀ ਕੰਟਰੀ ਨੂੰ ਅੱਜ ਦੇ ਟਾਈਮ, ਇਹ ਤੁਸੀਂ ਬੜਾ ਇੰਟਰਸਟਿੰਗ ਕੁਐਸਚਨ ਪੁੱਛਿਆ, ਕਿਉਂਕਿ ਪੰਜਾਬ 'ਚ ਹਰ ਜਨਤਾ ਜੋ 1+1 ਜਿਹੜੇ ਪੋਸਟ ਗ੍ਰੈਜੂਏਸ਼ਨ ਦੇ ਵੀਜ਼ਾ ਸਕਸੈਸ ਰੇਟ ਹਮੇਸ਼ਾ ਜ਼ਿਆਦਾ ਹੁੰਦਾ, ਔਰ ਪੋਸਟ ਗ੍ਰੈਜੂਏਸ਼ਨ 'ਚ ਕੀ ਕਹਿੰਦੇ ਮੈਚੋਰਡ ਹੋ ਗਿਆ ਬੱਚਾ, ਮੈਰਿਜ ਹੋ ਗਈ ਤੇ ਸਪਾਊਸ ਨੂੰ ਨਾਲ ਲੈ ਕੇ ਜਾ ਸਕਦਾ ਜੀ ਜੀ ਜੀ, ਤੁਸੀਂ ਕਾਲ ਲੈਣਾ ਚਾਹੁੰਦੇ ਹੋ? ਹਾਂਜੀ, ਪਹਿਲਾਂ ਕਾਲ ਰਿਸੀਵ ਕਰ ਲੈਂਦੇ ਹਾਂ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਹਾਂਜੀ ਸੁਮਿਤ ਜੀ, ਕੀ ਸਵਾਲ ਹੈ ਤੁਹਾਡਾ?
यूएसए लिए अप्लाई करना है, अपनी प्रोफाइल दस दो। ਕਿਹੜੇ ਈਅਰ ਵਿੱਚ ਕੀਤੀ ਹੈ? ਕਿਹੜੇ ਈਅਰ ਵਿੱਚ ਤੁਸੀਂ ਆਪਣੀ ਸਟੱਡੀ ਕੰਪਲੀਟ ਕੀਤੀ ਹੈ? ਹੈਲੋ, ਡਿਗਰੀ ਕੰਪਲੀਟ ਹੋਈ ਹੈ 21 ਵਿੱਚ। ਓਕੇ, ਤੁਸੀਂ ਆਇਲਸ ਕਲੀਅਰ ਕੀਤਾ ਹੋਇਆ? ਆਇਲਸ ਹਾਲੇ ਤੁਸੀਂ ਕਰਨਾ ਹੈ। ਓਕੇ, ਹਾਂਜੀ ਮੈਮ, ਯੂਐਸਏ ਲਈ ਅਪਲਾਈ ਕਰਨਾ ਚਾਹ ਰਹੇ ਹਾਂ ਜੀ। ਬਹੁਤ ਬੱਚੇ ਜਿਹੜੇ ਹਰਿਆਣਾ ਦੇ ਯੂਐਸ ਜਾਣਾ ਚਾਹ ਰਹੇ ਆ, ਪੰਜਾਬ ਦੇ ਵੀ। ਮੇਰੀ ਸਾਰੇ ਬੱਚਿਆਂ ਨੂੰ ਇੱਕ ਇਹੀ ਸਲਾਹ ਹੈ, ਮੇਰੇ ਖਿਆਲ 2 ਮਿੰਟ ਬੜੇ ਧਿਆਨ ਨਾਲ ਸੁਣਨ ਜੀ। ਜਾਣਾ ਤੇ ਆਪਾਂ ਹਰ ਜਗ੍ਹਾ ਜਾ ਰਹੇ ਹਾਂ, ਪਰ ਆਪਾਂ ਕੀ ਉਸ ਚੀਜ਼ ਵਾਸਤੇ ਕੁਆਲੀਫਾਈ ਹੋ ਰਹੇ ਹਾਂ? ਇਹਦੇ ਵਿੱਚ ਤੁਹਾਡਾ ਬਹੁਤ ਬੜਾ ਟਾਈਮ ਵੇਸਟ ਹੈ ਜਾਂ ਤੁਹਾਡੀ ਇੰਗਲਿਸ਼ ਠੀਕ ਨਹੀਂ ਹੈ। ਜੇ ਇੰਗਲਿਸ਼ ਅੱਛੀ ਹੈ ਤੁਸੀਂ 100% ਯੂਐਸ ਕਰੋ, ਕਿਉਂਕਿ ਯੂਐਸ ਤੋਂ ਵਧੀਆ, ਯੂਕੇ ਤੋਂ ਵਧੀਆ ਐਜੂਕੇਸ਼ਨ ਕਿਧਰੇ ਵੀ ਨਹੀਂ ਹੈ। ਬਟ ਯੂਐਸ ਦੇ ਵਿੱਚ ਜਿਹੜਾ ਹੈ ਫੇਸ ਟੂ ਫੇਸ ਇੰਟਰਵਿਊ ਹੈ, ਜੇ ਤੁਹਾਡੀ ਕਮਿਊਨੀਕੇਸ਼ਨ ਸਕਿੱਲ ਠੀਕ ਹੈ ਜਾਂ ਤੁਸੀਂ ਕਨਵਿੰਸ ਕਰ ਸਕਦੇ ਹੋ, ਚਾਹੇ ਤੁਹਾਡੇ 5.5 ਬੈਂਡ ਹੈ ਜੀ, ਉਸ ਤੋਂ ਮੈਟਰ ਨਹੀਂ ਕਰਦਾ। ਕੌਨਫੀਡੈਂਸ ਲੈਵਲ ਅੱਛਾ ਹੈ। 4-5 ਕੁਐਸਚਨ ਹੁੰਦੇ ਆ ਕਿ ਤੁਸੀਂ ਯੂਐਸ ਕਿਉਂ ਜਾਣਾ ਚਾਹ ਰਹੇ ਹੋ, ਤੁਸੀਂ ਕਿੰਨੀ ਯੂਨੀਵਰਸਿਟੀਆਂ 'ਚ ਅਪਲਾਈ ਕੀਤਾ, ਇਸੇ ਯੂਨੀਵਰਸਿਟੀ 'ਚ ਕਿਉਂ ਕੀਤਾ, ਇੰਡੀਆ 'ਚ ਕਿਉਂ ਨਹੀਂ ਪੜ੍ਹਨਾ ਚਾਹ ਰਹੇ ਹੋ, ਇਹ 4-5 ਕੁਐਸਚਨ ਹੈ। ਔਰ ਕੋਰਸ ਕਰਕੇ ਤੁਸੀਂ ਕੀ ਕਰੋਗੇ? ਤੁਸੀਂ ਜੇ ਇਹ ਸੈਟਿਸਫਾਈ ਕਰ ਸਕਦੇ ਹੋ, ਇੰਗਲਿਸ਼ ਸਪੀਕਿੰਗ ਠੀਕ ਹੈ, ਚਾਹੇ 5.5 ਬੈਂਡ ਲੈਵਲ ਦੀ ਦੁਆਰਾ ਮੈਂ ਕਹਿ ਰਹੀ ਹਾਂ, ਪਰ ਕੌਨਫੀਡੈਂਸ ਅੱਛਾ ਹੈ, ਬਿਲਕੁਲ, ਫਿਰ ਪੱਕਾ ਯੂਐਸ ਅਪਲਾਈ ਕਰੋ। ਅਦਰਵਾਈਜ਼ ਯੂਐਸ ਅੰਬੈਸੀ ਇਸ ਟਾਈਮ ਪਿਛਲੇ ਸਾਲ ਜਿੱਦਾਂ ਇੱਕਦਮ ਦੜਾਦੜ ਵੀਜ਼ੇ ਦਿੱਤੇ ਸੀ, ਉਹ ਹੁਣ ਖਤਮ ਹੋ ਚੁੱਕਿਆ। ਓਕੇ, ਉਹ ਜੈਨੂਇਨ ਸਟੂਡੈਂਟ ਨੂੰ ਵੀਜ਼ਾ ਦੇ ਰਹੇ ਆ ਜੀ ਜੀ ਜੀ, ਜਿਹੜਾ ਕਨਵਿੰਸ ਕਰ ਸਕਦਾ। ਬਿਲਕੁਲ, ਤੇ ਮੈਮ ਜਿੱਥੇ ਆਪਾਂ ਯੂਐਸਏ ਦੀ ਇੰਟਰਵਿਊ ਦੀ ਗੱਲ ਕਰਦੇ ਹਾਂ, ਇੰਟਰਵਿਊ ਤੋਂ ਵੀ ਬਹੁਤ ਸਟੂਡੈਂਟ ਘਬਰਾਉਂਦੇ ਨੇ, ਤਾਂ ਕੀ ਨੈਵੀਗੇਟਰ ਓਵਰਸੀਜ਼ ਵੱਲੋਂ ਇਹ ਵੀ ਬੱਚਿਆਂ ਨੂੰ ਟਾਈਮਲੀ ਇੰਟਰਵਿਊ ਲਈ ਪ੍ਰਿਪੇਅਰ ਵੀ ਕੀਤਾ ਜਾਂਦਾ? ਨੈਵੀਗੇਟਰ ਓਵਰਸੀਜ਼ ਜਿਹੜਾ ਹਰ ਚੀਜ਼ 'ਚ ਹੈਲਪ ਕਰ ਰਿਹਾ। ਓਕੇ, ਉਹ ਚਾਹੇ ਆਈਐਲਟਸ ਹੋਏ, ਟੋਟਲ ਫ੍ਰੀ ਆਫ ਕਾਸਟ ਆਈਐਲਟਸ ਦੀ ਕੋਚਿੰਗ ਦਿੰਦੇ ਆ, ਚਾਹੇ ਉਹਨਾਂ ਦੇ ਇੰਟਰਵਿਊ ਪ੍ਰੈਪਰੇਸ਼ਨ ਹੋਏ, ਮਤਲਬ ਉਹਨਾਂ ਨੂੰ ਕਾਲਜ ਦੇ ਵਿੱਚ ਗਾਈਡ ਕਰਨਾ, ਕਿਹੜਾ ਕੋਰਸ ਉਹਨਾਂ ਦੇ ਵਾਸਤੇ ਵਧੀਆ, ਉਹਨਾਂ ਦੇ ਅੱਗੇ ਜਿਹੜਾ ਫਿਊਚਰ ਦੇ ਵਿੱਚ ਜਿਹੜਾ ਕੰਮ ਆਏਗਾ, ਉਹੋ ਜਿਹੇ ਕੋਰਸਿਸ ਜਿੱਦਾਂ ਅੱਜ ਕੱਲ੍ਹ ਡਾਟਾ ਐਨਾਲਿਸਿਸ ਹੋ ਗਿਆ, ਕਲਾਊਡ ਕੰਪਿਊਟਿੰਗ, ਮਤਲਬ ਅੱਛੇ ਬੱਚਿਆਂ ਵਾਸਤੇ ਅਸੀਂ ਹਰ ਟਾਈਮ ਉਹਨਾਂ ਦੇ ਨਾਲ ਹਾਂ। ਔਰ ਈਵਨ ਪ੍ਰੀ ਡਿਪਾਰਚਰ, ਪੋਸਟ ਡਿਪਾਰਚਰ ਵੀ ਸਰਵਿਸਿਸ ਅਸੀਂ ਦਿੰਦੇ ਹਾਂ, ਜਾਣ ਤੋਂ ਪਹਿਲਾਂ ਵੀ, ਜਾਣ ਤੋਂ ਬਾਅਦ ਵੀ। ਜੀ ਜੀ, ਅਗਲੇ ਕਾਲਰ ਸਾਡੇ ਲਾਈਨ ਤੇ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਹਾਂਜੀ, ਕੀ ਸਵਾਲ ਹੈ ਕਵਿਤਾ ਜੀ ਤੁਹਾਡਾ? ਠੀਕ ਹੈ, ਕੈਨੇਡਾ ਲਈ ਅਪਲਾਈ ਕਰਨਾ ਹੈ। ਠੀਕ, 2021 ਚ ਪਲੱਸ ਟੂ? ਹਾਂਜੀ ਹਾਂਜੀ। ਪਰਸੈਂਟੇਜ ਕਿੰਨੀ ਹੈ? 61%। ਔਰ ਸਬਜੈਕਟਸ ਕੀ ਹੈ? ਨੋਨ ਮੈਡੀਕਲ। ਇਟ ਸੀਮਸ ਬੀ ਅ ਗੁੱਡ ਪ੍ਰੋਫਾਈਲ ਜੀ, ਇਹ ਅਪਲਾਈ ਕਰ ਸਕਦੇ, ਕਿਉਂਕਿ ਇੱਕ ਚ 5.5 ਹੈ ਨਾ, ਤੇ ਬਾਕੀ ਫੈਕਟਰਸ ਇਹਨਾਂ ਦੇ ਅੱਛੇ ਆ ਰਹੇ ਆ ਜੀ। ਦੇਖੋ, ਜੇ ਇਹਨਾਂ ਦੀ ਪਰਸੈਂਟੇਜ ਵੀ ਘੱਟ ਹੋਏ, ਬੈਂਡ ਵੀ ਘੱਟ ਹੋਣ, ਫਿਰ ਨੈਗੇਟਿਵ ਪ੍ਰੋਫਾਈਲ ਜਾਂਦਾ, ਬਟ ਇਹਨਾਂ ਦਾ ਬਾਕੀ ਸਾਰੇ ਪੋਜ਼ਿਟਿਵ ਹੈ। ਓਕੇ, 1 ਸਾਲ ਦਾ ਗੈਪ ਤੇ ਇਵਨ ਆਸਟ੍ਰੇਲੀਆ ਅੰਬੈਸੀ ਜਿਹੜੇ ਇੰਨੇ ਸਟ੍ਰਿਕਟ ਆ, ਉਹ ਵੀ ਅਲਾਓ ਕਰਦੇ ਆ, ਤੇ 1 ਸਾਲ ਦਾ ਗੈਪ ਕੋਈ ਜ਼ਿਆਦਾ ਨਹੀਂ, ਕਿਉਂਕਿ 1 ਸਾਲ ਦਾ ਗੈਪ ਤੇ ਤੁਹਾਨੂੰ ਜੇ ਅਬਰੋਡ ਜਾਣਾ ਤੇ ਸਮਝਣ ਵਿੱਚ ਵੀ ਲੱਗ ਜਾਂਦਾ ਕਿ ਅਸੀਂ ਉਸ ਕਿਹੜੀ ਕੰਟਰੀ ਜਾਣਾ ਹੈ, ਫਾਈਨੈਂਸ਼ੀਅਲੀ ਵੀ ਅਸੀਂ ਦੇਖਣਾ, ਉਹ ਸਾਰੇ ਫੈਕਟਰ ਹੁੰਦੇ ਆ। ਇਸ ਕਰਕੇ ਸ਼ੀ ਕੈਨ ਅਪਲਾਈ, ਇਹ ਅਪਲਾਈ ਕਰ ਸਕਦੇ, ਅੱਛੇ ਕੋਰਸਿਸ ਲੈਣ, ਵੀਜ਼ਾ ਆਲਮੋਸਟ ਆਏਗਾ। ਜੀ 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 ਜੀ, ਬਿਲਕੁਲ। ਸੋ ਕਿਸੇ ਵੀ ਤਰ੍ਹਾਂ ਦੀ ਕਨਫਿਊਜ਼ਨ ਹੋਵੇ, ਤੁਸੀਂ ਜ਼ਰੂਰ ਨੰਬਰ ਨੋਟੇ ਕਰ ਲਓ, ਲਾਈਵ ਸ਼ੋਅ ਦੇ ਦੌਰਾਨ ਤਾਂ ਕਾਲ ਕਰ ਹੀ ਸਕਦੇ ਹੋ, ਪਰ ਸ਼ੋਅ ਤੋਂ ਬਾਅਦ ਵੀ ਸੇਮ ਇਸੇ ਨੰਬਰ ਤੇ ਤੁਸੀਂ ਕਾਲ ਕਰਕੇ ਨੈਵੀਗੇਟਰ ਓਵਰਸੀਜ਼ ਦੀ ਟੀਮ ਦੇ ਨਾਲ ਰਾਬਤਾ ਕਾਇਮ ਜ਼ਰੂਰ ਕਰ ਸਕਦੇ ਹੋ। ਮੈਮ, ਜਿਹੜਾ ਸਪਾਊਸ ਵੀਜ਼ਾ ਨੂੰ ਲੈ ਕੇ ਮੈਂ ਤੁਹਾਡੀ ਗੱਲ ਕਰੀ ਸੀ, ਮੈਂ ਜ਼ਰੂਰ ਚਾਹੂੰਗੀ ਕਿ ਜਿਹੜੇ ਹੁਣ ਅਪਲਾਈ ਕਰਨਾ ਚਾਹ ਰਹੇ ਨੇ, ਕਿੱਥੇ ਕਿਸ ਕੰਟਰੀ ਵੱਲ ਜ਼ਿਆਦਾ ਫੋਕਸ ਕਰਨ, ਤੇ ਉਸ ਤੋਂ ਪਹਿਲਾਂ ਅਸੀਂ ਕਾਲ ਰਿਸੀਵ ਜ਼ਰੂਰ ਕਰ ਲੈਂਦੇ ਹਾਂ। ਜ਼ਿਆਦਾ ਤੋਂ ਜ਼ਿਆਦਾ ਸਵਾਲ ਜ਼ਰੂਰ ਸ਼ਾਮਿਲ ਕਰਨਾ ਚਾਹਾਂਗੇ। ਹੈਲੋ ਹੈਲੋ ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਹਾਂਜੀ, ਕੀ ਸਵਾਲ ਹੈ ਤੁਹਾਡਾ? ਅੱਛਾ ਜੀ, ਓਕੇ, ਠੀਕ ਹੈ। ਓਕੇ, ਕਿੱਥੇ ਲਈ ਅਪਲਾਈ ਕਰਨਾ ਚਾਹ ਰਹੇ ਹੋ? ਕਿੱਥੇ ਅਪਲਾਈ ਕਰਨਾ ਚਾਹੁੰਦੇ ਹੋ ਤੁਸੀਂ ਹੁਣ?
जी मैम इन्होंने पीटी की 57 नॉट लेस देन 54 हां जी हां जी एंड 2020 च डिप्लोमा ਦਿੱਤਾ जी उस तो पहले प्लस 2 ਕਿਹੜਾ हां जी डिप्लोमा ਕਾਦਾ ਕੀਤਾ ਹੈ ਤੁਸੀਂ ਡਿਪਲੋਮਾ ਕਿਸ ਚੀਜ਼ ਦਾ ਕੀਤਾ ਹੋਇਆ ਤੁਸੀਂ ਮੈਂ ਫਾਈਨੈਂਸ਼ੀਅਲ ਅਕਾਊਂਟਿੰਗ ਦਾ ਫਾਈਨੈਂਸ਼ੀਅਲ ਅਕਾਊਂਟ ਹਾਂ ਜੀ ਐਂਡ ਪਲੱਸ 2 ਕਦ ਕੀਤੀ ਸੀਗੀ ਪਲੱਸ 2 ਮੈਂ ਕੀਤੀ 2017 ਜੀ ਔਰ ਉਹਦੀ ਪਰਸੈਂਟੇਜ ਔਰ ਸਬਜੈਕਟਸ ਕਮਰਸ ਵਿੱਚ ਕੀਤੀ ਇਹਨਾਂ ਨੇ ਕਮਰਸ ਕੀਤੀ ਇਹ ਦੇਖੋ ਪੀਟੀ ਕੀਤੀ ਹੋਈ ਹੈ ਨਾ ਪੀਟੀ ਇਹ ਦੇਖੋ ਆਸਟ੍ਰੇਲੀਆ ਵਾਸਤੇ ਇਹਨਾਂ ਦਾ ਗੈਪ ਕ੍ਰੀਏਟ ਹੋ ਚੁੱਕਿਆ ਓਕੇ ਹਾਂਜੀ ਹੈ ਨਾ ਉਹ ਡਿਪਲੋਮਾ ਵੀ ਅੱਜ ਕੱਲ ਉਹ ਮੰਨਦੇ ਨਹੀਂ ਆ ਓਕੇ ਨਿਊਜ਼ੀਲੈਂਡ ਓਪਨ ਹੋ ਚੁੱਕਿਆ ਜੇ ਫਾਈਨੈਂਸ਼ੀਅਲੀ ਇਹਨਾਂ ਦੇ ਕੋਲ 24-25 ਲੱਖ ਦੇ ਫੰਡ ਹੈ 6 ਮਹੀਨੇ ਪੁਰਾਣੇ ਜੀ ਤੇ ਇਹ ਲਗਾ ਸਕਦੇ ਆ ਅਦਰਵਾਈਜ਼ ਇਹ ਯੂਕੇ ਅਪਲਾਈ ਕਰ ਸਕਦੇ ਆ ਦੋਨੋਂ ਚੀਜ਼ਾਂ ਇਹਨਾਂ ਦੇ ਕੋਲ ਠੀਕ ਹੈ ਹਾਂਜੀ ਬਿਲਕੁਲ ਸੋ ਬਾਕੀ ਇਹ ਕਿ ਡਾਕੂਮੈਂਟਸ ਦੇਖ ਕੇ ਹੀ ਚੀਜ਼ਾਂ ਨੂੰ ਸਹੀ ਤਰੀਕੇ ਨਾਲ ਪਤਾ ਹਾਂਜੀ ਕਿਉਂਕਿ ਇਹ ਮੈਂ ਵੀ ਗੱਲ ਕਰਦੀ ਹਾਂ ਕਿ ਕਈ ਵਾਰੀ ਕਾਲ ਦੇ ਦੌਰਾਨ ਜੋ ਹੈ ਸਟੂਡੈਂਟ ਆਪਣੀ ਹਰ ਇੱਕ ਚੀਜ਼ ਦੱਸਣਾ ਨਹੀਂ ਦੱਸ ਪਾਉਂਦਾ ਕੁਝ ਚੀਜ਼ਾਂ ਰਹਿ ਜਾਂਦੀਆਂ ਜੋ ਕੰਸਲਟੈਂਟ ਲਈ ਬਹੁਤ ਜ਼ਰੂਰੀ ਹੁੰਦੀਆਂ ਜਾਣਨੀਆਂ ਸੋ ਇਸ ਲਈ ਡਿਟੇਲ ਵਿੱਚ ਅਸੈਸਮੈਂਟ ਤੁਹਾਡੇ ਡਾਕੂਮੈਂਟਸ ਦੇਖ ਕੇ ਕਈ ਵਾਰੀ ਇੰਨੀ ਚੀਜ਼ਾਂ ਬੱਚੇ ਨਹੀਂ ਦੱਸਦੇ ਇੱਕ ਫਾਈਲ ਹੈ ਸਾਡੀ ਜਿਹੜੀ ਕੰਪਲੀਸ਼ਨ ਤੇ ਹੈ ਐਮਬੈਸੀ ਵਿੱਚ ਲੱਗਣੀ ਹੈ ਓਕੇ ਜਦ ਬੱਚਾ ਆਇਆ ਹੋਏਗਾ ਉਹਨੇ ਕਿਹਾ ਹੋਏਗਾ ਕਦੀ ਟੂਰਿਸਟ ਵੀਜ਼ਾ ਮੇਰੀ ਰਿਜੈਕਸ਼ਨ ਸੀਗੀ 4 ਸਾਲ ਪਹਿਲੇ ਕੋਈ ਪ੍ਰੋਬਲਮ ਨਹੀਂ ਹੈ ਜੀ 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 ਤੁਸੀਂ ਕਾਲ ਲੈਣੀ ਹਾਂਜੀ ਕਾਲ ਰਿਸੀਵ ਕਰ ਲੈਣੀ ਹੈ ਪਹਿਲਾਂ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ ਸਤਿ ਸ਼੍ਰੀ ਅਕਾਲ ਜੀ ਮੈਂ ਮੈਰਪੋਰਟ ਤੋਂ ਬੋਲ ਰਿਹਾ ਜੀ ਹਾਂਜੀ ਕੀ ਸਵਾਲ ਹੈ ਤੁਹਾਡਾ ਮੈਂ ਟ੍ਰੇਨੇ ਜਾਣਾ ਚਾਹੁੰਦਾ ਮੈਂ ਤੇ ਖੇਤੀ ਬਾਰ ਮਰ ਹੈ ਓਕੇ ਠੀਕ ਹੈ ਐਗਰੀਕਲਚਰ ਜੋ ਹੈ ਔਰ ਜਾਣਾ ਚਾਹੁੰਦੇ ਨੇ ਆਸਟ੍ਰੇਲੀਆ ਜੀ ਹਾਂ ਜੀ ਤੁਸੀਂ ਆਪਣਾ ਜਾਂ ਦੇਖਣਾ ਚਾਹੁੰਦੇ ਹੋ ਕੰਟਰੀ ਜਾਂ ਜੋ ਵੀ ਹੈ ਉਹ ਜਾਂ ਤੇ ਕਾਲ ਕਰ ਲਓ ਅਦਰਵਾਈਜ਼ ਜਾਂ ਤੁਹਾਡਾ ਕੋਈ ਰਿਲੇਟਿਵ ਰਹਿੰਦਾ ਹੈ ਤੁਸੀਂ ਜਾਣਾ ਚਾਹੁੰਦੇ ਹੋ ਮਿਲਣਾ ਚਾਹੁੰਦੇ ਹੋ ਤੁਸੀਂ ਟੂਰਿਸਟ ਵੀਜ਼ਾ ਅਪਲਾਈ ਕਰ ਸਕਦੇ ਬਾਕੀ ਇਹ ਹੈ ਕਿ ਤੁਹਾਡੀ ਏਜ ਵਗੈਰਾ ਦੇਖ ਕੇ ਅਸੀਂ ਸਾਰਾ ਗਾਈਡ ਕਰ ਸਕਦੇ ਹਾਂ ਕਿਹੜਾ ਵੀਜ਼ਾ ਬੰਦਾ ਹੈ ਕਿਹੜੀ ਕੈਟਾਗਰੀ ਬੰਦੀ ਹੈ ਐਦਾਂ ਮਤਲਬ ਫੋਨ ਤੇ ਨਹੀਂ ਨਹੀਂ ਹਾਂ ਬਿਲਕੁਲ ਡਿਟੇਲ ਚ ਨਹੀਂ ਹੋ ਸਕਦੀ ਏਜ ਔਰ ਕਿੰਨੀ ਕੁ ਤੁਹਾਡੀ ਇਨਕਮ ਹੈ ਉਹ ਸਭ ਚੀਜ਼ਾਂ ਕੈਲਕੂਲੇਟ ਹੋ ਕੇ ਹੀ ਤੁਹਾਨੂੰ ਗਾਈਡ ਕੀਤਾ ਜਾ ਸਕਦਾ ਸੋ ਬਹੁਤ ਬਹੁਤ ਧੰਨਵਾਦ ਮੈਮ ਕਿ ਤੁਸੀਂ ਸ਼ੋਅ ਵਿੱਚ ਆਏ ਹੋ ਲਾਈਵ ਸ਼ੋਅ ਵਿੱਚ ਸਾਡੇ ਦਰਸ਼ਕਾਂ ਦੀ ਕਾਲਸ ਵੀ ਅਟੈਂਡ ਕੀਤੀ ਉਹਨਾਂ ਨੂੰ ਵਧੀਆ ਗਾਈਡੈਂਸ ਦਿੱਤੀ ਹੈ ਬਹੁਤ ਬਹੁਤ ਧੰਨਵਾਦ ਇਹ ਸਾਰੀ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕਰਨ ਲਈ ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਹਰਜੋਤ ਕੌਰ ਤੁਸੀਂ ਵੇਖ ਰਹੇ ਹੋ ਲਾਈਵ ਇਮੀਗ੍ਰੇਸ਼ਨ ਸ਼ੋਅ ਕਿੰਜ ਜਾਮਾ ਪਰਦੇਸ ਸੋ ਤੁਹਾਡੇ ਸਾਰੇ ਸਵਾਲਾਂ ਨੂੰ ਲੈ ਕੇ ਅਸੀਂ ਹਾਜ਼ਰ ਹਾਂ ਲਾਈਵ ਸ਼ੋਅ ਦੇ ਵਿੱਚ ਲਗਾਤਾਰ ਨੰਬਰ ਡਿਸਪਲੇ ਹੋ ਰਿਹਾ